ਸਤਿ ਸ੍ਰੀ ਅਕਾਲ, ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੈਪਟਨ ਸਰਕਾਰ ਦੀ ਸੱਤਾ ਦਾ 1 ਸਾਲ ਪੂਰਾ, ਪ੍ਰਕਾਸ਼ ਸਿੰਘ ਬਾਦਲ ਨੇ ਸੁਣਾਈਆਂ ਖਰੀਆਂ ਖਰੀਆਂ। ਸੁਨੀਲ ਜਾਖੜ ਨੇ ਮਨੀਕਰਨ ਸਾਹਿਬ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਰਾਜਸੀ ਪਰਿਵਾਰਾਂ ਦੀ ਸ਼ਹਿ ਤੇ ਸਰਗਰਮ, ਪ੍ਰਾਈਵੇਟ ਬੱਸ ਮਾਫੀਆ ਕਾਰਨ ਸਰਕਾਰੀ ਬੱਸਾਂ ਘਾਟੇ ਵਿੱਚ। ਵਿਅਕਤੀ ਦੀ ਕੁੱਟਮਾਰ ਕਰ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਗੈਂਗਸਟਰ ਪੰਚਮ ਨੂੰ ਕੀਤਾ ਗ੍ਰਿਫਤਾਰ। ਤੇ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਰਾਣਾ ਕੇਪੀ ਸਿੰਘ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਉਦਘਾਟਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਦਾ 1 ਸਾਲ ਪੂਰਾ ਹੋਣ ਤੇ ਤੰਜ ਕੱਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਬਾਅਦ ਪੂਰੇ ਪੰਜਾਬ ਦੇ ਨਾਲ ਠੱਗੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਹਰ ਘਰ ਵਿੱਚ ਨੌਕਰੀ ਦੇਵਾਂਗਾ, ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ, ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ। ਪਰ ਉਹ ਕਿਸੇ ਵੀ ਵਾਅਦੇ ਤੇ ਖਰੇ ਨਹੀਂ ਉਤਰੇ। ਕੈਪਟਨ ਸਰਕਾਰ ਵੱਲੋਂ ਕਿਸਾਨ ਕਰਜ਼ ਮਾਫ਼ੀ ਦੇ ਦੂਜੇ ਗੇੜ ਤੇ ਟਿੱਪਣੀ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਕਿਸਾਨਾਂ ਨੂੰ ਧੋਖੇ ਵਿੱਚ ਰੱਖਣ ਲਈ ਕੀਤਾ ਜਾ ਰਿਹਾ ਏ। ਹਿਮਾਚਲ ਪ੍ਰਦੇਸ਼ ਵਿਖੇ ਮਨੀਕਰਨ ਸਾਹਿਬ ਤੋਂ ਪਰਤਦਿਆਂ ਇਨੋਵਾ ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਅੰਮ੍ਰਿਤਸਰ ਦੇ ਪਿੰਡ ਕਾਲੇ ਦੇ 8 ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਨੌਜਵਾਨਾਂ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਇਸ ਸਮੇਂ ਉਨ੍ਹਾਂ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਇੱਕ ਨੌਜਵਾਨ ਨੂੰ ਵੀ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਦੱਸ ਦਈਏ ਕਿ ਸੁਨੀਲ ਜਾਖੜ ਤੋਂ ਪਹਿਲਾਂ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪੀੜਤ ਪਰਿਵਾਰਾਂ ਦੇ ਘਰ ਪੁੱਜੇ ਸਨ। ਮਜੀਠੀਆ ਨੇ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਵੀ ਗੱਲ ਆਖੀ ਸੀ। ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਨੌਜਵਾਨ ਜਿਨ੍ਹਾਂ ਦੀ ਡੈਥ ਹੋਈ ਹੈ, ਜਿਹੜੇ ਮਨੀਕਰਨ ਸਾਹਿਬ ਮੱਥਾ ਟੇਕਣ ਗਏ ਸੀ, ਸਾਰੇ ਗੁਰੂ ਘਰ ਨੂੰ ਬਹੁਤ ਮੰਨਣ ਵਾਲੇ ਗੁਰੂ ਘਰ ਦੇ ਸ਼ਰਧਾਲੂ, ਜਿੱਥੇ ਛੋਟੇ ਛੋਟੇ ਉਮਰ ਦੇ, ਬਹੁਤ ਹੀ ਛੋਟੀ ਉਮਰ 'ਚ ਜਿਨ੍ਹਾਂ ਨੇ ਆਪਦੀ ਸਾਰੀ ਜ਼ਿੰਦਗੀ ਮੈਂ ਸਮਝਦਾ ਅੱਗੇ ਪਈ ਸੀ, ਉਹਨਾਂ 'ਚੋਂ ਕੁਛ ਇਹੋ ਜਿਹੇ ਮੁੰਡੇ ਜਿਨ੍ਹਾਂ ਦਾ ਵਿਆਹ ਹੋਏ ਨੂੰ ਵੀ 1-2 ਸਾਲ ਦੇ ਅੰਦਰ ਅੰਦਰ ਹੀ ਹੈ, ਉਹਨਾਂ ਦੇ ਗਾਂ ਛੋਟੇ ਛੋਟੇ ਨਿਆਣੇ, ਗੁਰੂ ਬਖਸ਼ਿਸ਼ ਕਰਨ ਕਿ ਇਹਨਾਂ ਨੌਜਵਾਨਾਂ ਨੂੰ ਪਰਮਾਤਮਾ ਜਿੱਥੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਉੱਥੇ ਪਰਿਵਾਰ ਨੂੰ ਪਿੱਛੇ, ਸਭ ਤੋਂ ਵੱਡੀ ਗੱਲ ਹੈ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਸਮਤ ਬਖਸ਼ਿਸ਼ ਕਰਨ ਕਿ ਆਉਣ ਵਾਲੇ ਸਮੇਂ 'ਚ ਇਹ ਪਰਿਵਾਰ ਅਤੇ ਗੁਰੂ ਦੀ ਬਖਸ਼ਿਸ਼ ਹੋਵੇ ਅਤੇ ਪਰਿਵਾਰ ਅੱਗੇ ਵੱਧ ਫੁੱਲ ਸਕੇ, ਕਿਉਂਕਿ ਬਹੁਤ ਇਹੋ ਜਿਹਾ ਸੀਨ ਵੇਖਿਆ ਨਹੀਂ ਜਾ ਸਕਦਾ ਕਿ ਇੰਨੀ ਘੱਟ ਉਮਰ ਦੇ, ਜਿੱਥੇ ਮਾਪਿਆਂ ਦੀ ਜਿਹੜੀ ਆਸ ਸੀ ਉਹ ਸਾਰੀ ਹੈ ਚੱਕਣਾ ਚੂਰ ਹੋਈ, ਜੇ ਦਿਸਦੀ ਹੈ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ। ਇਸ ਲਈ ਸਾਰਿਆਂ ਨੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਸਾਡੇ ਕਾਉਂਸਲਰ ਸਾਹਿਬ ਨੇ ਭਲਵਾਨ ਜੀ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਰਿਆਂ ਨੇ ਰਲ ਮਿਲ ਕੇ ਜੋ ਇਨਸਾਨੀ ਤੌਰ 'ਤੇ ਮਦਦ ਹੋ ਸਕਦੀ ਉਨੀ ਕਰ ਸਕਦੇ, ਕਿਉਂਕਿ ਬੰਦਾ ਤਾਂ ਸਾਡੇ ਤੋਂ ਮੁੜਦਾ ਨਹੀਂ। ਮਗਰ ਜੋ ਪਰਿਵਾਰਾਂ ਦੀਆਂ ਮੁਸ਼ਕਲਾਤਾਂ ਵੇਖ ਕੇ ਜੋ ਵੱਧ ਤੋਂ ਵੱਧ ਹੋ ਸਕਦਾ, ਅੱਜ ਬਾਦਲ ਸਾਹਿਬ ਵੱਲੋਂ, ਸੁਖਬੀਰ ਜੀ ਵੱਲੋਂ ਮੈਂ ਇੱਥੇ ਆਇਆ, ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ, ਕਿਉਂਕਿ ਮੇਰੀ ਮਜਬੂਰੀ, ਅੱਜ ਰੈਲੀ ਵੀ ਰੱਖੀ ਹੋਈ ਸੀ ਕੋਟਕਪੂਰੇ, ਉੱਥੇ ਵੀ ਪਹੁੰਚਣਾ, ਇਸ ਲਈ ਮੇਰੇ ਮਨ 'ਤੇ ਬੜਾ ਇਸ ਗੱਲ ਦਾ ਬੋਝ ਸੀ ਕਿ ਮੈਂ ਮਨ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁੱਖ ਸਾਂਝਾ ਕਰਾਂਗਾ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੱਤਾ ਬਦਲਣ ਦੇ ਬਾਵਜੂਦ ਪ੍ਰਾਈਵੇਟ ਬੱਸ ਮਾਫੀਆ ਦੇ ਉਸੇ ਤਰ੍ਹਾਂ ਸਰਗਰਮ ਰਹਿਣ ਪਿੱਛੇ ਰਾਜਨੀਤੀ ਤੇ ਅਫਸਰਸ਼ਾਹੀ ਦੀ ਕਥਿਤ ਮਿਲੀ ਭੁਗਤ ਹੋਣ ਦਾ ਦੋਸ਼ ਲਗਾਇਆ। ਬੈਂਸ ਤੇ ਉਸਦੇ ਸਮਰਥਕਾਂ ਵੱਲੋਂ ਲੁਧਿਆਣਾ ਜਲੰਧਰ ਬਾਈਪਾਸ ਤੇ ਸਵਾਰੀਆਂ ਨੂੰ ਸਰਕਾਰੀ ਬੱਸਾਂ ਵਿੱਚ ਚੜਾਇਆ ਗਿਆ। ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਰਾਜਸੀ ਪਰਿਵਾਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਕਾਰਨ ਸਰਕਾਰੀ ਬੱਸਾਂ ਦਾ ਨੁਕਸਾਨ ਹੋ ਰਿਹਾ ਏ। ਪੰਜਾਬ ਦੇ ਅੰਦਰ ਬੜਾ ਜਿਹੜਾ ਟਰਾਂਸਪੋਰਟ ਮਾਫੀਆ, ਨਸ਼ਾ ਮਾਫੀਆ, ਰੇਤ ਬਜਰ ਮਾਫੀਆ, ਲੋਕਾਂ ਨੇ ਸੋਚਿਆ ਸੀ ਵੀ ਸਰਕਾਰ ਬਦਲੀ ਹੋ ਗਈ, ਮਾਫੀਏ ਨੂੰ ਠੱਲ ਪਊਗੀ। ਦੋਸਤੋ, ਹੋਇਆ ਕਿ ਆ, ਪੱਗਾਂ ਦੇ ਰੰਗ ਬਦਲੀ ਹੋ ਗਏ ਅਤੇ ਝੰਡਿਆਂ ਦੇ ਰੰਗ ਬਦਲੀ ਹੋ ਗਏ। ਅਤੇ ਅੱਜ ਅਸੀਂ ਲੁਧਿਆਣੇ ਤੋਂ ਇੱਕ ਮੁਹਿੰਮ ਸ਼ੁਰੂ ਕੀਤੀ ਆ, ਰੋਡਵੇਜ਼ ਦੀਆਂ ਬੱਸਾਂ ਬਿਲਕੁਲ ਖਾਲੀ ਜਾ ਰਹੀਆਂ, ਪੈਪਸੂ ਦੀਆਂ ਬੱਸਾਂ 5-5, 4-4 ਸਵਾਰੀਆਂ ਬੈਠੀਆਂ ਨੇ। ਜਿਹੜੇ ਪ੍ਰਾਈਵੇਟ ਮਾਫੀਆ ਬਾਦਲਾਂ ਦੀ ਟਰਾਂਸਪੋਰਟ, ਕਰਤਾਰ ਟਰਾਂਸਪੋਰਟ, ਜਿਹੜੇ ਵੱਡੇ ਵੱਡੇ ਮਾਫੀਏ ਦੀਆਂ ਬੱਸਾਂ ਨੇ, ਉਹ ਫੁੱਲ ਵੱਡੇ ਫੁੱਲ ਜਾ ਰਹੀਆਂ। ਉਹਨਾਂ ਦਾ ਰੀਜ਼ਨ ਕੀ ਹੈ? ਜਿਹੜੀ ਤਾਂ ਹੈਗੀ ਰੋਡਵੇਜ਼ ਐਂਡ ਪੈਪਸੂ, ਮਤਲਬ ਕਿ ਸਰਕਾਰੀ ਟਰਾਂਸਪੋਰਟ, ਉਹ ਤਾਂ ਜਾਂਦੀ ਹੈ ਸਿੱਧੀ ਬਾਹਰੋਂ ਬਾਹਰ, ਪੁਲੋਂ ਪੁਲ, ਕਹਿੰਦੇ ਤੁਸੀਂ ਸ਼ਹਿਰ ਦੀ ਕੋਈ ਸਵਾਰੀ ਨਹੀਂ ਲੈਣੀ। ਅਤੇ ਜਿਹੜਾ ਹੈਗਾ ਪ੍ਰਾਈਵੇਟ ਬੱਸ ਮਾਫੀਆ, ਅਤੇ ਉਹ ਜਲੰਧਰ ਬਾਈਪਾਸ, ਸਮਰਾਲਾ ਚੌਂਕ, ਮਤਲਬ ਕਿ ਜਿੱਥੇ ਜ਼ਿਆਦਾ ਸਵਾਰੀ ਆ ਉੱਥੇ ਟੋਟਲੀ ਬੱਸਾਂ ਜਿਹੜੀਆਂ ਨੇ
ਉਹ ਪ੍ਰਾਈਵੇਟ ਮਾਫੀ ਦੀਆਂ ਸਵਾਰੀ ਭਰ ਰਹੀਆਂ ਨੇ। ਅਸੀਂ ਅੱਜ ਦੇਖਿਆ ਲਾਈਵ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਦਿਖਾਇਆ ਵੀ ਸਰਕਾਰੀ ਟਰਾਂਸਪੋਰਟ ਡੁੱਬਦੀ ਕਿਉਂ ਹੈ ਅਤੇ ਪ੍ਰਾਈਵੇਟ ਮਾਫੀਆ ਕਿਵੇਂ ਬਿਊਰੋਕਰੇਸੀ ਦੇ ਨਾਲ ਰਲਿਆ ਹੋਇਆ। ਬਹੁਤ ਵੱਡਾ ਪ੍ਰੈਸ਼ਰ ਆ ਬਿਊਰੋਕਰੇਸੀ ਦੇ ਉੱਤੇ। ਮੇਰੀ ACP ਟ੍ਰੈਫਿਕ ਨਾਲ, ACP ਟ੍ਰੈਫਿਕ ਨਾਲ ਗੱਲ ਹੋਈ ਆ। ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹ ਤੁਹਾਡੇ ਵਾਸਤਾ ਨਹੀਂ, ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਮਤਲਬ ਕਿ ਜਨਤਾ ਜਨਾਰਦਨ ਸਪੋਰਟ ਕਰੇਗੀ, ਇਨਕਲਾਬ ਜ਼ਿੰਦਾਬਾਦ ਬੋਲਾਂਗੇ। ਲੁਧਿਆਣੇ ਦੇ ਵਿੱਚ ਐਟਲੀਸਟ ਘੱਟੋ ਘੱਟ ਲੁਧਿਆਣੇ 'ਚੋਂ ਅਸੀਂ ਰੋਡਵੇਜ਼ ਅਤੇ ਪੈਪਸੂ ਦੀਆਂ ਬੱਸਾਂ ਦੇ ਵਿੱਚ ਸਵਾਰੀਆਂ ਪੂਰੀਆਂ ਕਰਾ ਕੇ ਭੇਜਾਂਗੇ। ਜਿੱਧਰ ਦੀ ਪ੍ਰਾਈਵੇਟ ਬੱਸਾਂ ਵਾਲੇ ਟੱਪ ਟੱਪ ਕੇ ਚੌਂਕਾਂ 'ਚੋਂ ਜਾਂਦੇ ਆ, ਰੋਡਵੇਜ਼ ਅਤੇ ਪੈਪਸੂ ਦੀਆਂ ਬੱਸਾਂ, ਸਰਕਾਰੀ ਬੱਸਾਂ ਉੱਧਰ ਦੀ ਭੇਜਾਂਗੇ, ਸਵਾਰੀ ਨੂੰ ਮੁਹੱਈਆ ਕਰਾਵਾਂਗੇ। ਕੋਈ ਬੱਸ ਪਾਸ ਵਾਲਾ ਅੰਗਹੀਣ ਆ, ਕੋਈ ਵਿਦਿਆਰਥੀ ਆ, ਕੋਈ ਸੀਨੀਅਰ ਸਿਟੀਜ਼ਨ ਆ ਜਿਹਨੇ ਸਿਰਫ ਅਤੇ ਸਿਰਫ ਰੋਡਵੇਜ਼ ਦੀ ਬੱਸ ਦੇ ਵਿੱਚ ਹੀ ਸਫ਼ਰ ਕਰ ਸਕਣਾ, ਉਹ ਚੌਂਕਾਂ ਦੇ ਵਿੱਚ ਖੜ੍ਹੇ ਖੱਜਲ ਖੁਆਰ ਹੋ ਰਹੇ ਆ। ਚੌਂਕਾਂ ਦੇ ਵਿੱਚ ਟ੍ਰੈਫਿਕ ਪੁਲਿਸ ਜਿਹੜੀ ਉਹ ਸਰਕਾਰੀ ਬੱਸ ਵੜਨ ਨਹੀਂ ਦਿੰਦੀ। ਸੋ ਅਸੀਂ ਇਹ ਜਿਹੜਾ ਪਿੱਕ ਐਂਡ ਚੂਜ਼ ਜਿਹੜਾ ਟਰਾਂਸਪੋਰਟ ਮਾਫੀਏ ਨੂੰ ਵੱਡੀ ਪੱਧਰ 'ਤੇ ਫਾਇਦਾ ਦੇਣ ਦੀਆਂ ਕਰਤੂਤਾਂ ਇਹਨਾਂ ਦੀਆਂ ਬੰਦ ਕਰਾਂਗੇ। ਸਰਕਾਰੀ ਟਰਾਂਸਪੋਰਟ ਨੂੰ ਲੁਧਿਆਣੇ ਦੇ ਵਿੱਚੋਂ ਪੂਰੀ ਸਵਾਰੀ ਹਰ ਚੌਂਕ 'ਚੋਂ ਲਿਆਉਣ ਲਈ ਅਸੀਂ ਸਾਰੇ ਇਨਸ਼ੋਰ ਕਰਦੇ ਹਾਂ। ਸੋ ਜਲੰਧਰ ਪੁਲਿਸ ਵੱਲੋਂ ਕੈਟਾਗਰੀ ਸੀ ਦਾ ਮਸ਼ਹੂਰ ਗੈਂਗਸਟਰ ਪੰਚਮਨੂਰ ਸਿੰਘ ਉਰਫ ਪੰਚਮ ਨੂੰ ਗ੍ਰਿਫਤਾਰ ਕੀਤਾ ਗਿਆ ਏ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਸਾਲ ਪੰਚਮਨੂਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੋਗਾ ਵਾਸੀ ਬੇਅੰਤ ਬਰਾੜ ਨਾਮਕ ਵਿਅਕਤੀ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਤੋਂ ਬਾਅਦ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਇਸ ਮਾਮਲੇ ਵਿਚ ਇਕ ਔਰਤ ਸਮੇਤ 8 ਲੋਕੀ ਨਾਮਜ਼ਦ ਸਨ, ਜਿਨ੍ਹਾਂ ਵਿਚੋਂ 4 ਦੀ ਗ੍ਰਿਫਤਾਰੀ ਹੋ ਗਈ ਏ ਤੇ 4 ਦੀ ਭਾਲ ਕੀਤੀ ਜਾ ਰਹੀ ਏ। ਪੰਚਮ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 32 ਬੋਰ ਦਾ ਪਿਸਤੌਲ, 5 ਜ਼ਿੰਦਾ ਰੋਂਦ ਬਰਾਮਦ ਹੋਏ ਨੇ। ਅਧਿਕਾਰੀ ਨੇ ਕਿਹਾ ਕਿ ਜਲੰਧਰ ਵਿਚ 25 ਗੈਂਗਸਟਰਾਂ ਵਿਚੋਂ 16 ਜੇਲ੍ਹ ਭੇਜੇ ਜਾ ਚੁੱਕੇ ਨੇ, 6 ਨੂੰ ਮੁਖਤਾਰਾ ਵਿਚ ਵਾਪਸ ਲਿਆਂਦਾ ਗਿਆ ਏ। 9-10 ਮਾਰਚ ਦੇ ਦਰਮਿਆਨੀ ਰਾਤ ਨੂੰ ਸਿਟੀ 2 ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ, ਜਿੱਥੇ ACP ਮਾਡਲ ਟਾਊਨ ਸ਼੍ਰੀ ਸਮੀਰ ਵਰਮਾ ਔਰ SHO 6 ਨੰਬਰ ਨੇ ਮਿਲ ਕੇ ਇੱਕ ਸਾਡਾ ਵਾਂਟਡ ਕ੍ਰਿਮੀਨਲ ਸੀਗਾ, ਜੋ ਕਾਫੀ ਕੇਸਿਸ ਦੇ ਵਿੱਚ ਵਾਂਟਡ ਸੀਗਾ ਔਰ ਕਾਫੀ ਦਿਨਾਂ ਤੋਂ ਭਗੌੜਾ ਸੀ, ਜਿਹਨੇ ਇੱਕ 307 ਦਾ ਵਾਰਦਾਤ ਕੀਤਾ ਸੀ, ਕਿਡਨੈਪਿੰਗ ਕੀਤਾ ਸੀ ਔਰ ਡਰਾਨ ਧਮਕਾਉਣ ਦਾ ਕੰਮ ਕਰ ਰਿਹਾ ਸੀ, ਉਹਨੂੰ ਫੜਨ 'ਚ ਸਫਲਤਾ ਪਾਈ ਹੈ। ਇਸ ਕ੍ਰਿਮੀਨਲ ਦਾ ਨਾਮ ਹੈ ਪੰਚਮਨੂਰ ਸਿੰਘ। ਇਹਨੇ ਜਿਹੜਾ ਵਾਰਦਾਤ ਕੀਤਾ ਸੀ ਉਹਦੇ ਵਿੱਚ ਮੋਗਾ ਰੈਸੀਡੈਂਟ ਨੂੰ ਇਹਨੇ ਕਿਡਨੈਪ ਕੀਤਾ ਸੀ, ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਸੀ ਔਰ ਛੱਡ ਕੇ ਚਲਾ ਗਿਆ ਸੀ। ਹੁਣ ਇਸ ਕ੍ਰਿਮੀਨਲ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਸਿਲਸਿਲੇ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ। ਵਿਸ਼ਵ ਪੰਜਾਬੀ ਕਾਨਫਰੰਸ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਈ ਜਾ ਰਹੀ 2 ਰੋਜ਼ਾ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਪੰਜਾਬ ਯੂਨੀਵਰਸਿਟੀ ਦੇ ਲਾ ਆਡੀਟੋਰੀਅਮ ਵਿਖੇ ਕਰਵਾਏ ਉਦਘਾਟਨੀ ਸੈਸ਼ਨ ਵਿਚ ਰਾਣਾ KP ਸਿੰਘ ਤੇ ਸਿੱਧੂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੁੜਨ ਦੀ ਵਕਾਲਤ ਕੀਤੀ। ਰਾਣਾ KP ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਭਾਵੇਂ ਪੰਜਾਬੀ ਭਾਸ਼ਾ ਦਾ ਪਸਾਰ ਦੁਨੀਆਂ ਭਰ ਵਿਚ ਹੋ ਚੁੱਕਾ ਏ, ਪਰ ਹਾਲੇ ਵੀ ਵੱਖ ਵੱਖ ਕੋਰਸਾਂ ਦੀ ਪੜ੍ਹਾਈ, ਨੌਕਰੀਆਂ ਤੇ ਰੋਜ਼ਗਾਰ ਦੇ ਸਾਧਨਾਂ ਵਿਚ ਸਾਡੀ ਭਾਸ਼ਾ ਦਰਕਿਨਾਰ ਹੀ ਏ। ਉਦਘਾਟਨੀ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਬੁਲਾਰਿਆਂ ਨੇ ਨਾਲ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਅਰੁਣ ਗਰੋਵਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋਫੈਸਰ BS ਘੁੰਮਣ ਤੇ ਪੰਜਾਬੀ ਜਾਗਰਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਮਾਣਕ ਵੀ ਸ਼ਾਮਲ ਸਨ। ਕਸਬਾ ਦਸੂਹਾ ਦੇ ਕੌਮੀ ਰਾਜਮਾਰਗ ਤੇ ਕਾਰ ਤੇ ਟਰੱਕ ਵਿਚਾਲੇ ਹੋਏ ਟੱਕਰ ਵਿਚ 3 ਲੋਕਾਂ ਦੀ ਮੌਤ ਹੋ ਗਈ। ਇਨੋਵਾ ਗੱਡੀ ਦਾ ਅਗਲਾ ਟਾਇਰ ਫਟ ਜਾਣ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਵਿਚ 2 ਮਰਦ ਤੇ 1 ਔਰਤ ਸ਼ਾਮਲ ਹੈ, ਸਾਰੇ ਦਸੂਹਾ ਦੇ ਹੀ ਰਹਿਣ ਵਾਲੇ ਸਨ। ਹਾਦਸੇ ਵਿਚ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਲੁਧਿਆਣਾ STF ਦੀ ਟੀਮ ਨੇ ਅਵਤਾਰ ਸਿੰਘ ਵਾਸੀ ਸਿਰਸਾ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ 4 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਏ। ਇੰਚਾਰਜ ਹਰਬੰਸ ਸਿੰਘ ਨੇ ਦਸਿਆ ਕਿ ਪੁਲਿਸ ਨੇ ਬੀਤੀ ਰਾਤ ਉਸ ਨੂੰ ਵਰਧਮਾਨ ਮਿਲ ਨੇੜਿਓਂ ਗ੍ਰਿਫਤਾਰ ਕੀਤਾ ਸੀ। ਉਸ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਏ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਏ। ਕੱਲ ਸਾਡੀ STF ਲੁਧਿਆਣਾ ਦੀ ਪੁਲਿਸ ਪਾਰਟੀ ਨੇ ਸੈਕਟਰ 32A ਚੰਡੀਗੜ੍ਹ ਰੋਡ ਲੁਧਿਆਣਾ ਤੋਂ ਦਰਾਨੇ ਨਾਕਾਬੰਦੀ ਇੱਕ ਅਵਤਾਰ ਸਿੰਘ ਨਾਮੀ ਵਿਅਕਤੀ ਜੋ ਸਰਸੇ ਦਾ ਰਹਿਣ ਵਾਲਾ
ਇਹਨੂੰ ਕਾਬੂ ਕਰਕੇ ਇਹਦੇ ਪਾਸੋਂ ਅਸੀਂ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ। ਇਹਦੇ ਬਰਖਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿਚ NDPS ਐਕਟ ਦਾ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫ਼ਤਾਰ ਕੀਤਾ। ਇਹਨੂੰ ਅੱਜ ਮਾਨਯੋਗ ਅਦਾਲਤ ਦੇ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪਤਾ ਲਗਾਵਾਂਗੇ ਵੀ ਇਹ ਹੈਰੋਇਨ ਬਰਾਮਦਾ ਕਿੱਥੋਂ ਲੈ ਕੇ ਆਇਆ ਤੇ ਅੱਗੇ ਲੁਧਿਆਣੇ ਵਿਚ ਇਹਨੇ ਕਿੰਨੇ ਕਿੰਨਾ ਲੋਕਾਂ ਨੂੰ ਸਪਲਾਈ ਕਰਨੀ ਸੀਗੀ। ਭਾਰਤ ਤੇ ਫਰਾਂਸ ਵਿਚਾਲੇ 14 ਸਮਝੌਤਿਆਂ ਤੇ ਦਸਤਖਤ ਹੋਏ ਨੇ। ਹੈਦਰਾਬਾਦ ਹਾਊਸ ਵਿਚ ਬੈਠਕ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਦਰਮਿਆਨ ਸਮਝੌਤੇ ਦੀਆਂ ਫਾਈਲਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਚ ਮੈਕਰੋਨ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੈਕਰੋਨ ਤੇ ਉਨ੍ਹਾਂ ਦੀ ਪਤਨੀ ਬ੍ਰਿਜਿਟ ਮੈਰੀ ਕਲਾਉਡ ਮੈਕਰੋਨ ਦਾ ਰਾਸ਼ਟਰਪਤੀ ਭਵਨ ਵਿਚ ਸਵਾਗਤ ਕੀਤਾ। ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੇ ਮੁੱਦੇ ਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਵੱਡਾ ਬਿਆਨ ਦਿੱਤਾ ਏ। ਇਕ ਰੈਲੀ ਵਿਚ ਤੇਜ ਪ੍ਰਤਾਪ ਨੇ ਰਾਮ ਮੰਦਰ ਬਣਾਉਣ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਕਹੀ ਏ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ, ਅੱਤ ਪਿਛੜੇ, ਗਰੀਬ, ਦਲਿਤ ਸਾਰੇ ਉਥੇ ਜਾਣਗੇ ਤੇ ਇਕ ਇਕ ਇੱਟ ਰੱਖਣਗੇ ਤੇ ਰਾਮ ਮੰਦਰ ਬਣਾਉਣ ਦਾ ਕੰਮ ਕਰਨਗੇ। ਜਿਸ ਦਿਨ ਮੰਦਰ ਬਣਿਆ ਤਾਂ ਕੋਈ ਮੁੱਦਾ ਨਾ ਹੋਣ ਕਾਰਨ ਭਾਜਪਾ RSS ਦਾ ਖਾਤਮਾ ਹੋ ਜਾਵੇਗਾ। ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਛੋਟੇ ਪਰਦੇ ਤੇ ਨਜ਼ਰ ਆਉਣ ਵਾਲੇ ਨੇ। ਕਪਿਲ ਸ਼ਰਮਾ ਦਾ ਸ਼ੋਅ ਫੈਮਿਲੀ ਟਾਈਮ ਵਿਦ ਕਪਿਲ ਇਸ ਮਹੀਨੇ 25 ਮਾਰਚ ਨੂੰ ਸ਼ੁਰੂ ਹੋਵੇਗਾ। ਖਬਰਾਂ ਮੁਤਾਬਕ ਇਹ ਰਾਤ 9 ਵਜੇ ਹੀ ਟੈਲੀਕਾਸਟ ਹੋਵੇਗਾ। ਦੱਸਿਆ ਜਾ ਰਿਹਾ ਏ ਕਿ ਇਸ ਵਿਚ ਉਨ੍ਹਾਂ ਦੇ ਪੁਰਾਣੇ ਸਾਥੀ ਕੀਕੂ ਸ਼ਾਰਦਾ ਤੇ ਚੰਦਨ ਪ੍ਰਭਾਕਰ ਵੀ ਉਨ੍ਹਾਂ ਦੇ ਨਾਲ ਹੀ ਹੋਣਗੇ। ਸੁਨੀਲ ਗਰੋਵਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ। ਕਪਿਲ ਦੇ ਸ਼ੋਅ ਦਾ ਪ੍ਰੋਮੋ ਸੋਨੀ ਟੀਵੀ ਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਏ। ਨਵਾਂ ਸ਼ੋਅ ਕਪਿਲ ਦੇ ਬੁਰੇ ਟਾਈਮ ਤੇ ਫੋਕਸ ਕਰਦੇ ਹੋਏ ਹੀ ਬਣਾਇਆ ਗਿਆ ਏ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।